ਕੋਲ ਇੱਥੇ ਖੜਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜਕੇ ਤੁਹਾਡੇ ਮੇਰੇ ਕਹਿਣ ਦੇ ਵਧੀਆ ਬਣੂਗੇ ਪੂਰੇ ਵਰਡ ਦੀਆਂ ਫਾਂਸੀ ਦੀ ਮੰਗ ਸੀਗੀ, ਦਵਾਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ। ਅੱਜ ਤੁਸੀਂ ਫਿਰ ਨਮਨ ਕਰਨ ਵਾਸਤੇ ਉਸ ਜਗ੍ਹਾ ਤੱਕ ਪਹੁੰਚੇ ਹੋ ਜਿਸ ਜਗ੍ਹਾ ਦੇ ਉੱਤੇ ਬੇਰਹਿਮਨ ਹਾਊਸ ਨੂੰ ਜਿਹੜਾ ਦੱਬਿਆ ਗਿਆ ਸੀ। ਲੱਗਦਾ ਕਿ ਜਿਹੜੀਆਂ ਯਾਦਾਂ ਨੇ ਬਾਰ ਬਾਰ ਉਠਾਉਂਦੀਆਂ ਨੇ। ਬਿਲਕੁਲ, ਇੱਥੇ ਖੜਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜਕੇ। ਬਿਲਕੁਲ, 2.5 ਸਾਲ ਦਾ ਸੰਘਰਸ਼ ਵਿੱਚ ਇੱਕ ਇੱਕ ਦਿਮਾਗ 'ਚ ਭੁਲੇਖਾ ਸੀ ਕਿ ਉਹਨੂੰ ਸਜ਼ਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ, ਪਰ ਨਹੀਂ, ਮੈਂ ਫਿਰ ਵੀ ਅਜੇ ਖਾਲੀ ਹੱਥਾਂ। ਕੋਈ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ। ਸਾਰੀਆਂ ਸੰਗਤ ਦੀਆਂ ਅਰਦਾਸਾਂ ਸੀ ਉਹਨੂੰ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਵੇ। ਸੰਗਤ ਦੀ ਅਰਦਾਸਾਂ 'ਤੇ ਬੂਰ ਪਿਆ ਜੱਜ ਸਾਹਿਬ ਦਾ। ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ, ਮੇਰੇ ਵਕੀਲ ਪਰਿਵਕਾਰ ਘੁੰਮਣ ਜੀ, ਬੀ ਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ। ਜੀ ਆ ਜੀ, ਇਸ ਜਗ੍ਹਾ 'ਤੇ ਉਹ ਪਾਪੜ ਨੇ ਆ ਕੇ ਉਹਨੂੰ ਦੱਬਿਆ ਸੀਗਾ ਜੀ, ਸਿਰ ਚਿੱਟਾਂ ਮਾਰੀਆਂ ਸੀਗੀਆਂ ਜੀ। ਹੁਣ ਅਰਦਾਸ ਕਰਦਾ ਸੱਚੇ ਪਾਤਸ਼ਾਹ ਬਾਬਾ ਜੀ, ਸਾਰੀ ਸੰਗਤ ਅਰਦਾਸ ਕਰੋ ਸਾਡੀ ਦਿਲਾਂ ਜੁੜ ਸਾਡੇ ਘਰ ਫਿਰ ਵਾਪਸ ਆ ਜਾਓ, ਇਸ ਕਲਕਾਰੀਆਂ ਸਾਡੇ ਘਰ ਫਿਰ ਵੱਜਣ ਜੀ। ਲੱਗਦਾ ਕਿ ਇੱਕ ਵੱਡਾ ਸੋਟਾ ਜਿਹੜਾ ਕਦੇ ਵੀ ਨਹੀਂ ਜਿਹੜਾ ਲਿਆ ਹੀ ਨਹੀਂ ਜਾ ਸਕਦਾ, ਬੇਸ਼ੱਕ ਜਿਹੜੀ ਆ ਸਜ਼ਾ ਵੀ ਜਿਹੜੀ ਉਸ ਆਰੋਪੀ ਨੂੰ ਉਸ ਦੋਸ਼ੀ ਨੂੰ ਮਿਲ ਚੁੱਕੀ। ਨਹੀਂ ਜੀ, ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ, ਸਾਰੀ ਉਮਰ ਨਹੀਂ ਭੁੱਲ ਸਕਦੇ ਜੀ ਜੋ ਉਹਨੇ ਕੀਤਾ ਜੀ। ਪਹਿਲਾਂ ਤਾਂ ਮੈਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਸਿਰ 'ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਦਵਾਇਆ ਜੀ। ਦੂਜੇ ਨੰਬਰ 'ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਜਿਹੜੇ ਜੱਜ ਹੁੰਦੇ ਆ ਨਾ, ਇਹ ਪਵਿੱਤਰ ਰੂਹਾਂ ਜੀ, ਇਹਨਾਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਇਹ, ਕਿਉਂ ਪੂਰਾ ਇਨਸਾਫ ਦਿੱਤਾ, ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਉਪਕਾਰ ਘੁੰਮਣ, ਇਹਨਾਂ ਨੇ ਮੇਰੇ ਤੋਂ ਅੱਜ ਤੱਕ ਇੱਕ ਰੁਪਈਆ ਨਹੀਂ ਲਿਆ, ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ 'ਚ ਵੀ, ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ। ਕਹਿੰਦੇ ਇਹ ਕੇਸ ਦਾ ਨਹੀਂ, ਕਹਿੰਦੇ ਕੋਈ ਵੀ ਪਰਮਾਤਮਾ ਨਾ ਕਰੇ ਤੁਹਾਡੇ ਕੋਲ ਲੋੜ ਪਈ ਹੈ, ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਊਂਗਾ। ਤੈਅ ਦਿਲੋਂ ਇਹਨਾਂ ਦਾ ਸ਼ੁਕਰਾਨਾ ਕਰਦਾ ਅਤੇ ਬੀ ਡੀ ਗੁਪਤਾ ਜੀ ਦਾ, ਇਹਨਾਂ ਦੇ ਜੋ ਮੈਂ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਅਤੇ ਪਰਿਵਕਾਰ ਘੁੰਮਣ ਜੀ ਦੀ ਬਦੌਲਤ ਜਿੱਤ। ਇਹ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ। ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ, ਮੈਂ ਤਾਂ ਜਦੋਂ ਮੇਰੇ ਜਦੋਂ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ, ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ, ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ। ਇਹਨੂੰ ਢੋਲ ਢਮੱਕੇ ਪੂਰੇ ਠਾਰ ਨਾਲ ਲੈ ਕੇ ਗਿਆ ਸੀ ਘਰੇ। ਅੱਜ ਹੁਣ ਇਹਦੇ ਅਸਲੀ ਘਰੇ ਮੈਂ ਆਇਆ ਜਿੱਥੇ ਉਹ ਪਾਪਨ ਡੈਨ ਉਹਨੂੰ ਘਰ ਬਣਾ ਕੇ ਗਈ ਆ, ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਅੱਡ ਕੇ। ਲੈ ਦਿਲੋ, ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ, 2 ਸਾਲ ਅਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ। ਹੁਣ ਮੈਂ ਤੈਨੂੰ ਪੁੱਤ ਮੈਂ ਲਾਲ ਲੈਣ ਆਇਆ, ਹੁਣ ਮੇਰੇ ਨਾਲ ਤੁਹਾਡੇ ਬੇਨਤੀਆਂ ਕਰਦਾ ਤੁਹਾਡੇ ਜ਼ਰੀਏ, ਲੈ ਹੁਣ ਮੇਰੇ ਘਰ ਆ ਜਾਵੇ ਹੁਣ ਦਿਲੋ। ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ, ਮੈਂ ਤਾਂ ਭੁੱਲ ਕਿੱਥੇ ਸਕਦਾ, ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ, ਮੇਰੇ ਭੈਣ ਭਰਾ ਬੱਚੇ ਬਜ਼ੁਰਗ, ਇਹ ਨਹੀਂ ਤੁਸੀਂ ਭੁੱਲੇ, ਮੈਂ ਤਾਂ ਭੁੱਲ ਨਹੀਂ ਸਕਦਾ, ਮੈਂ ਤਾਂ ਹਰ ਟਾਈਮ ਮੇਰੇ ਯਾਦ ਆ ਜੀ।